ਇਨਸਾਨੀਅਤ ਫਿਰ ਸ਼ਰਮਸਾਰ ਹੋਈ ਹੈ। ਗੁਆਂਢੀ ਦੇ ਵੱਲੋਂ ਹੀ ਘਿਨੌਣੀ ਕਰਤੂਤ ਕੀਤੀ ਗਈ। 9 ਸਾਲ ਦੇ ਬੱਚੇ ਦੇ ਨਾਲ ਕਈ ਮਹੀਨਿਆਂ ਤੋਂ ਬਦਫੈਲੀ ਕਰਦਾ ਆ ਰਿਹਾ ਸੀ ਸ਼ਖਸ। ਜਦ ਪਰਿਵਾਰ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਖਬਰ ਸਮਰਾਲਾ ਦੇ ਇੱਕ ਪਿੰਡ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਪਰਿਵਾਰ ਦੇ 9 ਸਾਲ ਦੇ ਮਾਸੂਮ ਦੇ ਨਾਲ ਗੁਆਂਢ 'ਚ ਰਹਿੰਦਾ ਇੱਕ ਸ਼ਖਸ ਬੀਤੇ 9 ਮਹੀਨਿਆਂ ਤੋਂ ਬਦਫੈਲੀ ਕਰਦਾ ਆ ਰਿਹਾ ਸੀ ਅਤੇ ਉਹ ਮਾਸੂਮ ਨੂੰ ਡਰਾਉਂਦਾ ਧਮਕਾਉਂਦਾ ਸੀ ਅਤੇ ਪਰਿਵਾਰ ਦੇ ਵਿੱਚ ਅਕਸਰ ਉਸਦਾ ਆਉਣਾ ਜਾਣਾ ਲੱਗਾ ਹੀ ਰਹਿੰਦਾ ਸੀ ਅਤੇ ਪਰਿਵਾਰ ਵੀ ਉਸਨੂੰ ਤਰਜੀਹ ਦਿੰਦਾ ਸੀ। ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਜਿਸ 'ਤੇ ਉਹ ਇੰਨਾ ਭਰੋਸਾ ਕਰੀ ਬੈਠੇ ਨੇ ਉਹ ਗੁਆਂਢੀ ਅਜਿਹੀ ਘਿਨੌਣੀ ਕਰਤੂਤ ਕਰ ਦੇਵੇਗਾ ਜਿਸ ਨਾਲ ਕਿ ਇਨਸਾਨੀਅਤ ਵੀ ਸ਼ਰਮਸਾਰ ਹੁੰਦੀ ਹੋਈ ਵਿਖਾਈ ਦੇਵੇਗੀ। ਤਾਂ ਸਮਰਾਲਾ ਦੇ ਹੀ ਇੱਕ ਪਿੰਡ ਦੇ ਇਹ ਪਰਿਵਾਰ ਹੈ ਔਰ 9 ਸਾਲ ਦੇ ਮਾਸੂਮ ਨੂੰ ਪਤੰਗ ਦਾ ਲਾਲਚ ਦੇ ਕੇ ਇਹ ਸ਼ਖਸ ਆਪਣੇ ਘਰ ਲੈ ਕੇ ਜਾਂਦਾ ਸੀ, ਜਿਸ ਤੋਂ ਬਾਅਦ ਉਸਦੇ ਵੱਲੋਂ ਬੱਚੇ ਦੇ ਨਾਲ ਦੁਸ਼ਕਰਮ ਕੀਤਾ ਜਾਂਦਾ ਸੀ। ਹਾਲਾਂਕਿ ਬੱਚੇ ਨੂੰ ਡਰਾਇਆ ਧਮਕਾਇਆ ਜਾਂਦਾ ਸੀ ਅਤੇ ਇੱਥੋਂ ਤੱਕ ਕਿਹਾ ਜਾਂਦਾ ਸੀ ਕਿ ਜੇ ਤੂੰ ਇਸ ਸਭ ਬਾਰੇ ਕਿਸੇ ਨੂੰ ਦੱਸਿਆ ਤਾਂ ਤੈਨੂੰ ਰੇਲਵੇ ਲਾਈਨਾਂ 'ਤੇ ਸੁੱਟ ਆਵਾਂਗਾ। ਜਿਸ ਤੋਂ ਬਾਅਦ ਬੱਚਾ ਡਰਿਆ ਸਹਿਮਿਆ ਰਹਿੰਦਾ ਸੀ, ਪਰ ਇੱਕ ਵਾਰ ਬੱਚੇ ਨੇ ਆਪਣੇ ਪਰਿਵਾਰ ਦੇ ਨਾਲ ਇਹ ਸਾਰਾ ਸੱਚ ਖੋਲ੍ਹ ਦਿੱਤਾ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਗੁੱਸੇ ਦੇ ਵਿੱਚ ਆ ਕੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਉਕਤ ਸ਼ਖਸ ਨੂੰ ਗ੍ਰਿਫਤਾਰ ਕੀਤਾ। ਪੀੜਤ ਬੱਚੇ ਦੇ ਦਾਦਾ ਦਾਦੀ ਦੇ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਉਹਨਾਂ ਦਾ ਕਹਿਣਾ ਕਿ ਸਾਡੇ ਘਰ ਦੇ ਵਿੱਚ ਕੋਈ ਵੀ ਜਦ ਸਮਾਗਮ ਹੁੰਦਾ ਸੀ ਤਾਂ ਅਸੀਂ ਆਪਣੇ ਗੁਆਂਢੀ ਨੂੰ ਅਕਸਰ ਘਰ ਬੁਲਾਉਂਦੇ ਸੀ ਅਤੇ ਉਸਨੂੰ ਤਰਜੀਹ ਦਿੱਤੀ ਜਾਂਦੀ ਸੀ, ਪਰ ਸਾਨੂੰ ਨਹੀਂ ਸੀ ਪਤਾ ਕਿ ਉਹ ਸਾਡੇ ਘਰ ਦੇ ਹੀ ਚਿਰਾਗ ਦੇ ਨਾਲ ਅਜਿਹੀ ਘਿਨੌਣੀ ਕਰਤੂਤ ਕਰੇਗਾ। ਤਾਂ ਖਬਰ ਸਮਰਾਲਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ 9 ਸਾਲ ਦੇ ਮਾਸੂਮ ਬੱਚੇ ਦੇ ਨਾਲ ਗੁਆਂਢ 'ਚ ਰਹਿੰਦਾ ਸ਼ਖਸ ਬਦਫੈਲੀ ਕਰਦਾ ਆ ਰਿਹਾ ਸੀ ਅਤੇ ਪਰਿਵਾਰ ਨੂੰ ਜਦ ਬੱਚੇ ਨੇ ਸੱਚ ਦੱਸਿਆ ਤਾਂ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਆਪਣੀ ਬਣਦੀ ਕਾਰਵਾਈ ਦੇ ਸਦਕਾ ਉਕਤ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਹੈ। ਮੇਰਾ ਨਾਮ ਬਲਵਿੰਦਰ ਕੌਰ ਆ, ਮੇਰਾ ਪੋਤਾ ਸੀਗਾ 9.5 ਸਾਲ ਦਾ, ਸਾਡਾ ਗਵਾਂਢੀ ਸੀਗਾ ਪ੍ਰੇਮ ਸਿੰਘ, ਉਸ ਦਾ ਸਾਡੇ ਆਉਣਾ ਜਾਣਾ ਬਹੁਤ ਸੀਗਾ, ਉਹਦਾ ਸਾਡੇ ਘਰ ਦੇ ਨਾਲ ਘਰ ਆ ਅਤੇ ਉਹ ਮੇਰੇ ਪੋਤੇ ਨੂੰ ਲੋਹੜੀ ਵਾਲੇ ਦਿਨ ਆਪਦੇ ਘਰ ਬੁਲਾ ਕੇ ਉਹਨੇ ਡੋਰ ਪਤੰਗ ਦੇ ਬਹਾਨੇ ਬਹੁਤ ਉਹਦੇ ਨਾਲ ਗਲਤ ਕੰਮ ਕੀਤਾ। 7-8 ਮਹੀਨੇ ਹੋ ਗਏ ਸੀ ਇਹ ਕੰਮ ਕਰਦੇ ਨੂੰ। ਹੁਣ ਪੋਤੇ ਮੇਰੇ ਨੇ ਘਰ ਆ ਕੇ ਦੱਸਿਆ ਵੀ ਉਹ ਕਹਿੰਦਾ ਜੇ ਤੂੰ ਘਰ ਜਾ ਕੇ ਦੱਸੇਗਾ ਤਾਂ ਮੈਂ ਤੈਨੂੰ ਲੈਣ 'ਤੇ ਛੱਡ ਆਊਂਗਾ, ਤੈਨੂੰ ਕੁੱਤੇ ਪਾੜ ਦੇਣਗੇ, ਉੱਥੇ ਖਾ ਜਾਣਗੇ। ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਵੀ ਇਹਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਆ, ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਆ ਵੀ ਅੱਗੇ ਤੋਂ ਇਹ ਕਿਸੇ ਨੂੰ ਹੋਰ ਹੱਥ ਨਾ ਪਾਵੇ, ਹਰ ਇੱਕ ਦਾ ਬੱਚਾ ਬਚ ਜਾਵੇ। ਜਸਵਿੰਦਰ ਸਿੰਘ ਆ ਜੀ, ਪ੍ਰੇਮ ਸਿੰਘ ਜੀ ਸਾਡਾ ਗਵਾਂਢੀ ਸੀਗਾ, ਮੇਰਾ ਪੋਤਾ ਸੀਗਾ, ਉਹ ਸਾਡੇ ਕੋਲ ਪਹਿਲਾਂ ਆਉਂਦਾ ਸੀਗਾ ਬਹੁਤ ਦੇਰ ਦਾ, ਵਿਆਹ ਸ਼ਾਦੀ ਨੂੰ ਮੂਹਰੇ ਰੱਖੀਦਾ ਸੀਗਾ, ਉਹਨਾਂ ਨੇ ਮੇਰੇ ਪੋਤੇ ਨਾਲ ਕੰਮ ਗਲਤ ਕਰਿਆ। ਕਿੰਨੀ ਦੇਰ ਤੋਂ ਕੀਤਾ ਬੱਚੇ ਦੀ? ਉਹਨੂੰ ਹੋ ਗਏ ਜੀ ਆਪਣੇ 9.5 ਸਾਲ ਦਾ ਜੀ ਬੱਚਾ। ਕਿੰਨੀ ਦੇਰ ਤੋਂ? ਦੇਰ ਹੋ ਗਈ ਇਹਨੂੰ, ਲੋਹੜੀ 'ਤੇ ਹੋਇਆ ਜੀ ਇਹ ਕੰਮ ਸ਼ੁਰੂ, ਸਾਨੂੰ ਫਿਰ ਲੱਗਿਆ ਪਤਾ 4 ਦਿਨ ਹੋ ਗਏ ਜੀ ਲੱਗਿਆ ਸਾਨੂੰ ਪਤਾ, ਫਿਰ ਅਸੀਂ ਉੱਤਾ ਚੱਕਿਆ। ਆਉਂਦਾ ਜੀ ਘਰ ਆਉਂਦਾ ਜੀ, ਵਿਆਹ ਸ਼ਾਦੀ ਨੂੰ ਮੂਹਰੇ ਰੱਖਦੇ ਸੀਗੇ ਜੀ ਇਹਨੂੰ, ਕੋਈ ਪਾਰਟੀ ਪੂਰਟੀ ਕਰਨੀਆਂ ਤਾਂ ਹੀ ਮੂਹਰੇ ਰੱਖਦੇ ਸੀਗੇ, ਇਹ ਸਾਡੇ ਨਾਲ ਬਹੁਤਾ ਮਾੜਾ ਕੰਮ ਕਰਿਆ ਜੀ ਇਹਨੇ। ਬੱਚੇ ਨਾਲ ਗੱਲ ਕੀਤੀ ਫਿਰ ਅਸੀਂ ਲੈ ਕੇ ਆਏ ਫਿਰ ਇੱਥੇ, ਹਾਂ ਪੁਲਿਸ ਨੂੰ ਤਲਾਹ ਦਿੱਤੀ ਜੀ ਫਿਰ ਫੜਾ ਗਿਆ। ਫਿਰ ਡਰਾਉਂਦਾ ਸੀਗਾ ਜੀ ਵੀ ਤੈਨੂੰ ਲੈਣ 'ਤੇ ਛੱਡੂ, ਉੱਥੇ ਕੁੱਤੇ ਸੀਗੇ ਵੀ ਤੈਨੂੰ ਕੁੱਤੇ ਖਾਣਗੇ ਵੀ ਤੈਨੂੰ ਮਾਰ ਦੇਣਗੇ ਉੱਥੇ, ਫਿਰ ਦੱਸਿਆ ਇਹਨੇ ਪਤੰਗਾਂ ਦੇ ਬਹਾਨੇ ਲੈ ਕੇ ਜਾਂਦਾ ਸੀਗਾ ਉੱਪਰ ਆਪਣੇ ਘਰ। ਜਿਹੜੀ ਇਹਦੀ ਘਰ ਵਾਲੀ ਸੀਗੀ ਪ੍ਰੇਮ ਸਿੰਘ ਦੇ, ਇਹ ਬਾਹਰ ਗਈ ਸੀ ਕਨੇਡਾ 'ਚ, ਇਹ ਇਕੱਲਾ ਹੀ ਸੀਗਾ ਜੀ ਘਰ। ਇਹਨੂੰ ਇਹੋ ਜਿਹੀ ਸਜ਼ਾ ਹੋਣੀ ਚਾਹੀਦੀ ਹੈ ਜੀ
ਕਿਸੇ 'ਚ ਬੱਚਾ ਹੋਰ ਨਾ ਕਿਸੇ ਨੂੰ ਹੱਥ ਪਾਵੇ ਇਹ, ਅਤੇ ਗਾਹਾਂ ਨੂੰ ਸਮਝ ਆਵੇ ਇਹਨੂੰ ਮਾੜੀ ਮੋਟੀ। ਹਾਂਜੀ, ਮੇਰੇ ਕੋਲ ਹੁਣੀ 9 ਸਾਲ ਦਾ ਬੱਚਾ ਆਇਆ। ਹਿਸਟਰੀ ਹੈਗੀ ਕਿ ਉਹਦੇ ਨਾਲ ਕੁਛ ਗਲਤ ਹੋਇਆ, ਅਤੇ ਆਪਾਂ ਉਹਦਾ ਮੈਡੀਕਲ ਕੀਤਾ, ਅਤੇ ਸੈਂਪਲ ਆਪਾਂ ਰਿਪਿਊਟ ਕਰ ਲਏ ਆ, ਸੀਲ ਕਰ ਲਏ ਆ, ਅਤੇ ਆਪਾਂ ਅੱਗੇ ਫਾਰਵਰਡ ਕਰਨੇ ਆ ਉੱਥੇ ਲੈਬ ਦੇ ਵਿੱਚ। ਕੁਛ ਮੂਵੀ ਜਾਣਕਾਰੀ ਤੋਂ ਪਤਾ ਲੱਗਿਆ ਵੀ ਗਲਤ ਹੁੰਦਾ ਰਿਹਾ ਬੱਚਾ, ਕਿੰਨੀ ਕੁ ਦੇਰ? ਦੇਖੋ ਜੀ, ਉਹਦੀ ਹਿਸਟਰੀ ਲਈ ਸੀ ਬੱਚੇ ਦੀ, ਉਹਦੇ ਹਿਸਾਬ ਨਾਲ ਤਾਂ 7-8 ਮਹੀਨੇ ਤੋਂ ਆ ਕੁਛ ਹੋ ਰਿਹਾ, ਮਲਟੀਪਲ ਟਾਈਮਸ ਔਰ ਇੰਜਰੀਜ਼ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਹੈ। ਇਹ ਜੀ, ਕੱਲ੍ਹ ਸਾਡੇ ਕੋਲ ਇੱਕ ਬਜ਼ੁਰਗ ਆਏ ਸੀ ਸ਼ਾਮੀ, ਉਹਨਾਂ ਨੇ ਸਾਨੂੰ ਦੱਸਿਆ ਕਿ ਮੇਰੇ ਪੋਤੇ ਦੇ ਨਾਲ 13 ਜਨਵਰੀ 2024 ਤੋਂ ਲੈ ਕੇ 4-5 ਦਿਨ ਪਹਿਲਾਂ ਤੱਕ ਕਾਫੀ ਵਾਰ ਸਾਡੇ ਗੁਆਂਢੀ ਪ੍ਰੇਮ ਸਿੰਘ ਨੇ ਗਲਤ ਕੰਮ ਕੀਤਾ ਉਹਦੇ ਨਾਲ। ਉਹਦੇ ਸੰਬੰਧ 'ਚ ਫਿਰ ਅਸੀਂ ਉਹਦਾ ਬਿਆਨ ਲੈ ਕੇ ਮੁਕੱਦਮਾ ਦਰਜ ਕਰ ਦਿੱਤਾ ਅਤੇ ਉਹਦੀ ਅਰੈਸਟ ਪਾ ਲਈ। ਕਿਹੜੀ ਧਾਰਾ? 4-6 ਪੋਕਸੋ ਐਕਟ। ਮੈਡੀਕਲ ਹੋ ਰਿਹਾ ਜੀ? ਮੈਡੀਕਲ ਹੋ ਰਿਹਾ ਜੀ।